ਵਿਕਟੋਰੀਆ ਜਿਮ ਦੇ ਬਾਹਰ ਮਨਪ੍ਰੀਤ ਮੰਨਾ ਦੇ ਕਤਲ ਮਾਮਲੇ ਵਿੱਚ ਨਵੇਂ ਖੁਲਾਸੇ ਹੋ ਰਹੇ ਨੇ। ਪਹਿਲਾਂ ਜਾਣ ਦੌਰਾਨ ਗੈਂਗਸਟਰ ਲਾਰੈਂਸ ਬਿਸ਼ਨੋਈ ਨੂੰ ਰਾਜਸਥਾਨ ਦੇ ਭਰਤਪੁਰ ਤੋਂ ਪੰਜਾਬ ਲਿਆਂਦਾ ਗਿਆ ਸੀ, ਜਿੱਥੇ ਅਦਾਲਤ ਨੇ ਲਾਰੈਂਸ ਬਿਸ਼ਨੋਈ ਨੂੰ 4 ਦਿਨਾਂ ਰਿਮਾਂਡ ਤੇ ਭੇਜ ਦਿੱਤਾ ਹੈ। ਅਸਲ ਵਿੱਚ ਲਾਰੈਂਸ ਬਿਸ਼ਨੋਈ ਗੈਂਗ ਵੱਲੋਂ ਮਨਪ੍ਰੀਤ ਮੰਨਾ ਦੇ ਕਤਲ ਤੋਂ ਬਾਅਦ ਫੇਸਬੁੱਕ ਤੇ ਇੱਕ ਪੋਸਟ ਸ਼ੇਅਰ ਕੀਤੀ ਗਈ ਸੀ, ਜਿਸ ਵਿੱਚ ਉਹਨਾਂ ਦਾਅਵਾ ਕੀਤਾ ਸੀ ਕਿ ਮਨਪ੍ਰੀਤ ਮੰਨਾ ਦਾ ਕਤਲ ਉਹਨਾਂ ਵੱਲੋਂ ਕੀਤਾ ਗਿਆ। ਉਹਨਾਂ ਧਮਕੀ ਦਿੱਤੀ ਸੀ ਕਿ ਆਉਣ ਵਾਲੇ ਦਿਨਾਂ ਵਿੱਚ ਅਜਿਹੇ ਕਈ ਹੋਰ ਕਤਲ ਹੋਣਗੇ, ਜਿਸ ਦੇ ਚੱਲਦੇ ਪੁਲਿਸ ਵੱਲੋਂ ਹੁਣ ਲਾਰੈਂਸ ਬਿਸ਼ਨੋਈ ਨੂੰ ਕਾਬੂ ਕਰ ਲਿਆ ਗਿਆ। ਉਸ ਤੋਂ ਬਾਅਦ ਹੁਣ ਪੰਜਾਬ ਪੁਲਿਸ ਰਾਜਸਥਾਨ ਜੇਲ੍ਹ ਤੋਂ ਰੋਹਿਤ ਗੋਦਾਰਾ ਨੂੰ ਪ੍ਰੋਡਕਸ਼ਨ ਵਾਰੰਟ ਤੇ ਲੈ ਕੇ ਆਈ ਹੈ। ਇਸ ਮੌਕੇ ਪੁਲਿਸ ਦਾ ਕਹਿਣਾ ਹੈ ਕਿ ਰੋਹਿਤ ਗੋਦਾਰਾ ਖਿਲਾਫ ਕਾਫੀ ਮਾਮਲੇ ਦਰਜ ਨੇ ਤੇ ਅੱਜ ਦੋਸ਼ੀ ਨੂੰ ਮਲੋੜ ਦੀ ਅਦਾਲਤ ਚ ਪੇਸ਼ ਕਰ 6 ਦਿਨਾਂ ਦਾ ਪੁਲਿਸ ਰਿਮਾਂਡ ਲਿਆ ਗਿਆ ਹੈ। ਮਤਲਬ ਜਿਹੜੇ ਅੱਜ ਸ਼ਖਸ ਨੂੰ ਪੇਸ਼ ਕੀਤਾ ਹੈਗਾ ਹੈ, ਕੀ ਇਹਦਾ ਉਸੇ ਕੜੀ ਨਾਲ ਮਾਮਲਾ ਦਰਜ ਹੈ ਜੁੜਿਆ ਹੋਇਆ? ਹਾਂ, ਤੁਹਾਨੂੰ ਪਤਾ ਯਾਰ, ਮਨਪ੍ਰੀਤ ਮੰਨਾ ਕਤਲ ਕੇਸ ਦੇ ਵਿੱਚ ਇਹ ਰੋਹਿਤ ਗੁਦਾਰਾ ਬੀਕਾਨੇਰ ਦੇ ਰਹਿਣ ਵਾਲਾ ਹੈ, ਚੁਰੂ ਜੇਲ੍ਹ ਦੇ ਵਿੱਚ ਅਸੀਂ ਪ੍ਰੋਡਕਸ਼ਨ ਵਾਰੰਟ ਲੈ ਕੇ ਆਏ ਹਾਂ। ਅੱਜ ਕੋਰਟ 'ਚ ਪੇਸ਼ ਕੀਤਾ ਜੀ, ਕਿੰਨੇ ਦਿਨਾਂ ਦਾ ਰਿਮਾਂਡ ਮਿਲਿਆ? ਇਹਦਾ 10 ਦਿਨ ਦਾ ਰਿਮਾਂਡ ਮੰਗਿਆ ਸੀ ਤੇ ਮਾਨਯੋਗ ਜੱਜ ਸਾਹਿਬ ਸਾਨੂੰ 6 ਦਿਨ ਦਾ ਪੁਲਿਸ ਰਿਮਾਂਡ ਦਿੱਤਾ ਹੈ। ਸਰ, ਕੇਸ ਪਹਿਲਾਂ ਕਿੰਨੇ ਮਾਮਲੇ ਦਰਜ ਹੈ ਜੀ? ਇਹ ਤਾਂ ਲੈ ਕੇ ਆਏ ਹਾਂ ਅਸੀਂ, ਗਾਂ ਤਸਦੀਕ ਕਰ ਰਹੇ ਹਾਂ। ਜਿਹੜਾ ਬਿਸ਼ਨੋਈ ਨੂੰ ਜਿਹੜਾ 4 ਦਿਨਾਂ ਦੇ ਰਿਮਾਂਡ ਤੇ ਚੱਲ ਰਹੇ ਹੈਗੇ ਆ, ਪੁੱਛ ਗਿੱਛ ਦੌਰਾਨ ਉਹਨਾਂ ਦੇ ਉਸੇ ਨਾਲ ਹੀ ਕੜੀ ਨਾਲ ਜੁੜਿਆ ਹੋਇਆ, ਉਹਨਾਂ ਨੇ ਮੰਨਿਆ ਹੈ ਨਾਲ? ਨਹੀਂ, ਵੀ ਤਫਤੀਸ਼ ਦੌਰਾਨ ਹੀ ਆਇਆ ਵੀ ਸ਼ਾਇਦ ਇਹਦਾ ਰੋਲ ਹੈ ਵਿੱਚ, ਉਹਨੂੰ ਤਸਦੀਕ ਕਰਨ ਲਈ ਪ੍ਰੋਡਕਸ਼ਨ ਤੇ ਲੈ ਕੇ ਆਏ ਹਾਂ। ਅਜੇ ਫਰਦਰ ਰਿਮਾਂਡ ਲਿਆ ਸੀ, ਅੱਗੇ ਤਫਤੀਸ਼ ਕਰ ਰਹੇ ਹਾਂ, ਜੋ ਵੀ ਸਾਹਮਣੇ ਉਸ ਕਰ ਦਿੱਤੀ। ਤਫਤੀਸ਼ ਦੌਰਾਨ ਕਿਸੇ ਹੋਰ ਦੇ ਵੀ ਨਾਂ ਸਾਹਮਣੇ ਆ ਰਹੇ ਕਿ ਇਕੱਲੇ ਦੋਵਾਂ ਦੇ ਇਹਨਾਂ ਦੇ ਆਏ ਹੋਏ? ਨਹੀਂ, ਫਿਲਹਾਲ ਤਾਂ ਇਹਦਾ ਹੀ ਆ, ਅੱਗੇ ਗਾਂ ਕੀ ਹੈ ਕੀ ਨਹੀਂ ਉਹਦੇ ਬਾਰੇ ਤਫਤੀਸ਼ ਕਰਦੇ। ਕਦੋਂ ਖੁਲਾਸਾ ਕਰਨ ਦੀ ਉਮੀਦ ਹੈ? ਕਿਉਂਕਿ ਹਾਈ ਫਾਈ ਮਾਮਲਾ ਹੈਗਾ ਜੀ, ਕਾਫੀ ਚਰਚਾ ਦੇ ਵਿੱਚ ਹੈ, ਪੁਲਿਸ ਕਾਫੀ ਮਿਹਨਤ ਕਰ ਰਹੀ ਹੈ, ਕਦੋਂ ਤੱਕ ਕਲੀਅਰ ਹੋਣਗੇ? ਇਹ ਜਲਦੀ ਟ੍ਰੇਸ ਕਰ ਲਾਂਗੇ। ਜ਼ਿਕਰਯੋਗ ਹੈ ਕਿ ਗੈਂਗਸਟਰ ਮਨਪ੍ਰੀਤ ਮੰਨਾ ਦਾ ਕੁਝ ਅਣਪਛਾਤੇ ਲੋਕਾਂ ਵੱਲੋਂ ਸਕਾਈ ਮਾਲ ਦੇ ਬਾਹਰ ਜਿਮ ਤੋਂ ਨਿਕਲਦਿਆਂ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਗਿਆ ਸੀ, ਤੇ ਇਸ ਕਤਲ ਦੀ ਜ਼ਿੰਮੇਵਾਰੀ ਸੋਸ਼ਲ ਮੀਡੀਆ ਉੱਪਰ ਲਾਰੈਂਸ ਬਿਸ਼ਨੋਈ ਗਰੁੱਪ ਨੇ ਲਈ ਸੀ। ਗਿੱਦੜਬਾਹਾ ਤੋਂ ਸੋਨੀ ਟੱਲਾ, ਪੰਜਾਬੀ ਲੋਕ ਚੈਨਲ।